ਇਹ ਇੱਕ ਮੈਂ ਤੁਹਾਨੂੰ ਐਸੇ ਘਰ ਦਾ ਮੰਜ਼ਰ ਦਿਖਾਉਣਾ ਚਾਹੁੰਦਾ ਵਾਂ ਜਿਸ ਘਰ ਦੇ ਵਿੱਚ ਇੱਕ ਸਿੰਗਲ ਇੱਟ ਸਿੰਗਲ ਇੱਟ ਦਾ ਇੱਕ ਦੀਵਾਰ ਖੜੀ ਕਰਕੇ ਉੱਪਰ ਲੱਕੜੀਆਂ ਡਾਲ ਕੇ ਇੱਕ ਕਮਰਾ ਬਣਾਇਆ ਗਿਆ ਵਾ। ਇਹ ਕਮਰੇ ਦੀ ਹਾਲਤ ਦੇਖਣ ਵਾਲੀ ਆ ਕਿ ਇਹਦੇ ਵਿੱਚ ਇੱਕ ਇਨਸਾਨ ਜਿਹੜਾ ਵਾ ਜਿਹੜਾ ਮਜ਼ਦੂਰ ਇਨਸਾਨ ਆ ਉਹ ਜ਼ਿੰਦਗੀ ਦੇ ਸ਼ਬਰ ਰੋਜ਼ ਗੁਜ਼ਾਰਦਾ ਵਾ ਔਰ ਉਹਦੇ ਘਰ ਦਾ ਮਾਹੌਲ ਇਹ ਆ ਕਿ ਇਹ ਸਮਾਨ ਉਹਦੇ ਘਰ ਦਾ ਜਿਹੜਾ ਬਾਹਰ ਹੀ ਪਿਆ ਵਾ ਕਿਉਂਕਿ ਅੰਦਰ ਜਗ੍ਹਾ ਹੀ ਹੈ ਨਹੀਂ, ਉਹ ਬੱਚੇ ਸਵਾਵੇ ਜਾਂ ਕੀ ਕਰੇ। ਇਹ ਉਹਦੇ ਕੱਪੜੇ ਜਿਸਮ ਜੋ ਵੀ ਆ ਇਹ ਸਮਾਨ ਸਾਰਾ ਬਾਹਰ ਹੀ ਪਿਆ ਵਾ ਅਤੇ ਅੱਲਾ ਰੱਖਾ ਜਿਹੜਾ ਵਾ ਉਹ ਇੱਕ ਬਾਜ਼ੂ ਤੋਂ ਮਾਜ਼ੂਰ ਆ ਅਤੇ ਤਾਰਾ ਜੀ ਆਏ ਨੇ ਉਹਦੇ ਹਾਲਾਤ ਜਾਣਨ ਵਾਸਤੇ ਕਿ ਇਹ ਕਿੱਦਾਂ ਜ਼ਿੰਦਗੀ ਬਸਰ ਕਰਦੇ ਨੇ। ਹਰ ਚੀਜ਼ ਵਾਜ਼ਿਆ ਤੌਰ 'ਤੇ ਦੇਖੀ ਜਾ ਰਹੀ ਆ, ਮਹਿਸੂਸ ਕੀਤੀ ਜਾ ਰਹੀ ਆ ਕਿ ਕੁਛ ਵੀ ਨਹੀਂ ਜੇ, ਕੁਛ ਵੀ ਨਹੀਂ, ਨਾ ਸੇਨ ਕੋਈ ਪਰਦਾ ਨਹੀਂ ਹੈ, ਕੋਈ ਕੁਛ ਨਹੀਂ ਹੈ, ਬੇਯਾਰੋ ਮਦਦਗਾਰ, ਬੇਆਸਰਾ, ਇਹ ਚੀਜ਼ ਨੂੰ ਕਿਹਾ ਜਾਂਦਾ ਕਿ ਬੇਆਸਰਾ, ਇਹ ਬੇਆਸਰਾ ਜ਼ਿੰਦਗੀ ਗੁਜ਼ਾਰ ਰਹੇ ਨੇ, ਬੇਬਸੀ ਦੀ ਜ਼ਿੰਦਗੀ ਗੁਜ਼ਾਰ ਰਹੇ ਨੇ, ਲਾਚਾਰੀ ਦੀ ਜ਼ਿੰਦਗੀ ਗੁਜ਼ਾਰ ਰਹੇ ਨੇ। ਤੁਸੀਂ ਦੇਖ ਸਕਦੇ ਜੇ ਦੇਖਣ ਵਾਸਤਾ ਕਿ ਬੱਚਾ ਨੰਗਾ ਵਾ, ਸਰਦੀ ਇੰਨੀ ਆ, ਇਹ ਸਰਦੀਆਂ ਦੇ ਦਿਨ ਵਾ, ਇੰਨੀ ਪਾਕਿਸਤਾਨ 'ਚ ਸਰਦੀ ਪੈ ਰਹੀ ਹੈ ਕਿ ਇਹ ਬੱਚਾ ਜਿਹੜਾ ਨਾ ਇਹ ਨੰਗਾ ਵਾ, ਇਹਦੇ ਪਹੁੰਚ ਚੁੱਕੀ ਨਹੀਂ, ਇਹਦੇ ਗੱਲ ਕੁਛ ਨਹੀਂ। ਇਹ ਬੱਚੀ ਦੀ ਤੁਸੀਂ ਹਾਲਤ ਦੇਖਦੇ ਜੇ ਕਿ ਇਹ ਦੇਖੋ ਇਹ ਬੱਚੀ ਦਾ ਹਾਲ, ਪਤਾ ਨਹੀਂ ਕਿੰਨੀ ਦੇਰ ਹੋ ਗਈ ਇਹਨਾਂ ਬੱਚਿਆਂ ਦੇ, ਇਹ ਕੱਪੜੇ ਦੇਖੋ ਜੀ ਕਿਤਨੀ ਦੇਰ ਹੋ ਗਈ ਇਹਨਾਂ ਬੱਚਿਆਂ ਦੇ ਕੱਪੜੇ ਨਹੀਂ ਬਦਲੇ, ਕੋਈ ਮੋਟੇ ਕੱਪੜੇ ਨਹੀਂ ਆ, ਕੋਈ ਬੰਦ ਸ਼ੂਜ਼ ਨਹੀਂ ਆ, ਕੋਈ ਜੁਰਾਬਾਂ ਨਹੀਂ ਆ, ਕੁਛ ਨਹੀਂ ਹੈ। ਅੱਛਾ ਭਾਈ, ਇਹ ਦੱਸੋ ਕਿ ਤੁਹਾਡਾ ਸਿਸਟਮ ਕਿਵੇਂ ਚੱਲਦਾ ਪਿਆ ਵਾ? ਹਾਂਜੀ, ਮਜ਼ਦੂਰੀ ਕਰਦਾ ਕੋਈ, ਮੈਂ ਮਜ਼ਦੂਰੀ ਕਰਦੇ ਜੀ, ਕਿੰਨੀ ਮਜ਼ਦੂਰੀ ਮਿਲਦੀ ਆ? ਕੋਈ 100 ਮਿਲ ਗਿਆ, ਕੋਈ 200 ਮਿਲ ਗਿਆ, ਕੋਈ 300 ਆਟਾ ਲਿਆਂਦਾ, ਕੋਈ ਲੂਣ ਮਿਰਚ ਲਿਆਂਦਾ, ਨਹੀਂ 100 200 ਨਾਲ ਤਾਂ ਨਹੀਂ ਗੁਜ਼ਾਰਾ ਹੁੰਦਾ, ਉਹ ਤੇ ਨਜ਼ਰ ਆਉਂਦਾ ਵਾ। ਮੈਂ ਅਗਰ ਸਵਾਲ ਕਰਾਂ ਕਿ ਤੁਹਾਡਾ ਗੁਜ਼ਾਰਾ ਹੋ ਜਾਂਦਾ, ਉਹ ਤੇ ਨਜ਼ਰ ਆ ਰਿਹਾ ਕਿ ਕੋਈ ਗੁਜ਼ਾਰਾ ਨਹੀਂ ਹੁੰਦਾ? ਹਾਂਜੀ, ਬਸ ਲੂਣ ਮਿਰਚ। ਤੇ ਤੁਹਾਡਾ ਹੱਥ ਕਿਵੇਂ ਕੱਟਿਆ ਗਿਆ? ਟੋਕੇ 'ਚ। ਕਿੱਦਾਂ? ਟੋਕੇ 'ਚ ਪੱਠੇ ਕੁਤਰਦੇ ਆ ਜੀ। ਆਪਣੇ ਪੱਠੇ ਕੁਤਰਦੇ ਪਏ ਸੀ? ਨਹੀਂ, ਮਜ਼ਦੂਰੀ ਤੇ। ਮਜ਼ਦੂਰ ਤੇ? ਕਿਹਦੀ ਮਜ਼ਦੂਰੀ ਕਰਦੇ ਪਏ ਸੀ? ਕਿਸੇ ਨਾਲ ਮਜ਼ਦੂਰੀ ਤੇ ਲੱਗੇ ਸੀ, ਕਿਸੇ ਨਾਲ। ਅੱਛਾ, ਜਦੋਂ ਹੱਥ ਕੱਟਿਆ ਗਿਆ ਤੁਹਾਨੂੰ ਕੋਈ ਮਦਦ ਨਹੀਂ ਕੀਤੀ? ਮਦਦ ਕੀਤੀ ਬਸ, ਮਾੜਾ ਮੋਟਾ ਪੱਠੀ ਪੁੱਠੀ ਕਰਾਤੀ। ਅੱਛਾ, ਬਸ ਆਰਾਮ ਆ ਗਿਆ। ਹਾਏ ਹਾਏ, ਉਸ ਤੋਂ ਬਾਅਦ ਕੋਈ ਨਹੀਂ ਪੁੱਛਿਆ? ਇੱਕ ਬੰਦੇ ਦਾ ਉਹਨਾਂ ਦਾ ਕੰਮ ਕਰਦਾ ਹੈ, ਬਾਜ਼ੂ ਕੱਟਿਆ ਗਿਆ, ਉਹ ਹਮੇਸ਼ਾ ਅਸੀਂ ਜ਼ਿੰਦਗੀ ਭਰ ਵਾਸਤੇ ਮਜ਼ਦੂਰ ਹੋ ਗਿਆ ਅਤੇ ਉਹਨੂੰ ਕੁਛ ਵੀ ਨਹੀਂ ਉਹਦੀ ਮਦਦ ਕਰਦਾ। ਤੁਸੀਂ ਇੱਕ ਪਾਇਆ ਹੈ ਕੋਟ, ਆ ਤੁਸੀਂ ਜਿਹੜਾ ਆਪਣੀ ਸਰਦੀ ਨੂੰ ਬਚਾਉਣਾ ਸੀ, ਇਹ ਕਿੰਨੇ ਕਿੰਨੀ ਦੇਰ ਦਾ ਪਾਇਆ ਵਾ? ਇਹ ਤਾਂ ਮੈਨੂੰ ਲੱਗਦਾ ਕਿ ਮਹੀਨੇ ਗੁਜ਼ਰ ਗਏ ਨੇ ਸਾਰੇ। ਮਹੀਨੇ ਗੁਜ਼ਰ ਰਹੇ ਨੇ ਕਿ ਅਸੀਂ ਰੋਜ਼ ਬਦਲਦੇ ਹਾਂ ਔਰ ਇਸ ਗਰੀਬ ਬੰਦਾ ਜਿਹੜਾ ਨਾ, ਇਹਨੂੰ ਮਹੀਨੇ ਗੁਜ਼ਰ ਰਹੇ ਨੇ। ਤੋਣੇ ਜੋਗੀ ਕੋਈ ਚੀਜ਼ ਨਹੀਂ ਹੈਗੀ ਸਾਡੇ, ਬੱਤੀ ਨਹੀਂ ਹੈਗੀ। ਇਹ ਸਹੀ ਹੈ ਕਿ ਹਰ ਚੀਜ਼ ਨਜ਼ਰ ਆ ਰਹੀ ਹੈ, ਬਹੁਤ ਬੇਬਸੀ ਹੈ ਇਸ ਖਾਨਦਾਨ ਵਾਸਤੇ, ਬਹੁਤ ਹੀ ਬੇਬਸੀ ਹੈ ਔਰ ਬੜੀ ਬੜੀ ਅਸੁਵਿਧਾ ਗੱਲ ਆ ਕਿ ਮੈਂ ਇੰਨਾ ਦੁਖੀ ਹੋ ਗਈ ਹਾਂ ਕਿ ਦੇਖੋ ਇੰਨੀ ਸਰਦੀ ਪੈ ਰਹੀ ਆ, ਇੰਨੀ ਸਰਦੀ ਦੇ ਵਿੱਚ ਇਹ ਬੇਯਾਰੋ ਮਦਦਗਾਰ, ਕੋਈ ਆਸਰਾ ਨਹੀਂ, ਕੋਈ ਕੁਛ ਨਹੀਂ। ਇੱਕ ਟੁੱਟਾ ਬੱਚਾ ਜਿਹੜਾ ਨਾ, ਉਹ ਕਮਰਾ ਵਾ, ਉਹ ਵੀ ਸਿੰਗਲ ਜਿਹੜੀ ਇੰਟ ਦਾ ਵਾ ਕਿ ਜਿਹਦੇ ਉਹਦੇ ਉਹਦੇ ਅੰਦਰ ਹੀ ਚੁੱਲ੍ਹਾ ਰੱਖਿਆ ਜੀ, ਉਹਦੇ ਅੰਦਰ ਦੇਖੋ ਚੁੱਲ੍ਹਾ ਰੱਖਿਆ ਵਾ, ਉੱਥੇ ਮੇਰਾ ਖਾਣ ਪਕਾਉਣ ਕਰ ਦਿੱਤਾ। ਤੇ ਇਹ ਤੇ ਕਮਰਾ ਵੀ ਕੋਈ ਨਾ, ਇਹਨੂੰ ਕਮਰਾ ਵੀ ਆਖਿਆ ਜਾਂਦਾ? ਬਰਾਮਦਾ ਜਿਹਾ ਨਹੀਂ ਹੁੰਦਾ, ਬਸ ਕਮਰਾ ਬਣਾ ਦਿੱਤਾ ਗਿਆ। ਇਹ ਇਹਦੇ ਘਰ ਦਾ ਇੰਧਣ ਆ ਜਿਹੜਾ ਜਲਾ ਕੇ ਰੋਟੀ ਪਕਾਉਂਦੇ ਨੇ, ਹਾਂਜੀ। ਤੇ ਇਹਨਾਂ ਬੱਚਿਆਂ ਦਾ, ਬੱਚੇ ਬੜੇ ਹੈਰਾਨ ਹੋ ਕੇ ਵੇਖਦੇ ਪਏ ਨੇ ਕਿ ਕੀ ਵਜ੍ਹਾ ਵਾ, ਬੱਚਿਆਂ ਦੀ ਜ਼ਿੰਦਗੀ ਕਿਵੇਂ ਆ। ਬੇਟੇ ਬੇਟੇ ਇਧਰ ਆਓ, ਇਧਰ ਮੇਰੇ ਪਾਸ ਦੇਖੋ ਜੀ, ਇਹਨਾਂ ਦਾ ਹਾਲ ਦੇਖ ਲਓ ਬੱਚਿਆਂ ਦਾ। ਜਦੋਂ ਅਸੀਂ ਪਹਿਲੀ ਦਫ਼ਾ ਨਵਾਂ ਸਾਹਿਬ ਆਏ ਸੀ ਨਾ, ਮੈਂ ਬਹੁਤ ਦੁਖੀ ਹੋਈ ਸਾਂ ਕਿ ਇਸ ਤਰ੍ਹਾਂ ਇਨਸਾਨ ਰਹਿੰਦਾ ਪਿਆ ਵਾ, ਇੰਨੀ ਬੇਬਸੀ, ਇੰਨੀ ਬੇਚਾਰੀ 'ਚ ਰਹਿੰਦਾ ਪਿਆ ਹੈ। ਅੱਲਾ ਤੇਰਾ ਸ਼ੁਕਰ ਆ। ਤਾਰਾ ਜੀ, ਕਿਸ ਜਗ੍ਹਾ ਤੇ ਰੱਬ ਲੈ ਆਇਆ ਵਾ ਜੀ? ਸ਼ੁਕਰ, ਜਿਸ ਜਗ੍ਹਾ ਉੱਤੇ ਨੰਗਿਆ ਨਹੀਂ ਜਾਂਦਾ, ਨੰਗਿਆ ਨਹੀਂ ਸੀ ਜਾਂਦਾ। ਹਾਂਜੀ, ਯਾਦ ਬਿਲਕੁਲ। ਚਾਰ ਦੀਵਾਰੀ, ਚੋਰਾਂ ਚੱਕਰ ਤੋਂ ਮਹਫੂਜ਼, ਰਾਤ ਨੂੰ ਜੰਗਲੀ ਜਾਣ ਤੋਂ ਮਹਫੂਜ਼, ਅਤੇ ਅੱਲਾ ਰੱਖੇ ਤਾਂ ਜਿਹਦਾ ਇੱਕ ਬਾਜ਼ੂ ਸੀਗਾ, ਔਰ ਜਦੋਂ ਸਾਡੀ ਇਹਦੀ ਮੁਲਾਕਾਤ ਹੋਈ, ਇਹਦੇ ਸਿਰ ਦੇ ਵਾਲ 7-7 ਇੰਚ ਲੰਬੇ ਲੱਟਾਂ ਸਨ, ਲੱਟਾਂ ਸਨ, ਅਤੇ ਦਾੜੀ ਦੇ ਵਾਲ ਵੀ ਵਧੇ ਸਨ, ਮੁੱਛਾਂ ਦੇ ਵਾਲ ਵੀ ਵਧੇ ਸਨ, ਅਤੇ ਇਨਸਾਨ ਘੱਟ ਲੱਗਦਾ ਸੀਗਾ ਅਤੇ ਜੰਗਲ ਦਾ ਕੋਈ ਬਛਿੰਦਾ ਜ਼ਿਆਦਾ ਲੱਗਦਾ ਸੀ। ਕੀ ਵਜ੍ਹਾ ਕਿ ਮਾਤੀ ਵੱਜ ਗਈ ਸੀ? ਜੀ ਬਿਲਕੁਲ, ਅੱਲਾ ਪਾਕ ਨੇ ਉਹਨਾਂ ਵਾਸਤੇ ਆਸਾਨੀ ਪੈਦਾ ਕੀਤੀ, ਅਸੀਂ ਆਪਣੇ ਰੱਬ ਦੇ ਸ਼ੁਕਰ ਗੁਜ਼ਾਰ। ਸ਼ੁਕਰ। ਇਸ ਮੌਕੇ 'ਤੇ ਮੈਂ ਇਹ ਗੱਲ ਕਹਾਂਗਾ ਤਾਰਾ ਜੀ ਕਿ ਲੋਕਾਂ ਨੂੰ ਚਾਹੀਦਾ ਵਾ ਕਿ ਆਪਣੇ ਇਰਦ ਗਿਰਦ ਬਾਹਰ ਨਿਕਲਣ ਔਰ ਛੋਟੇ ਛੋਟੇ ਘਰ ਜਿਹੜੇ ਬਣਾ ਕੇ ਦੇਣ, ਜਿੱਦਾਂ ਅੱਜ ਰੱਬ ਨੇ ਇਹਨਾਂ ਦਿੱਤਾ, ਇਹਨਾਂ ਦਿੱਤਾ ਬਿਲਕੁਲ। ਆਓ ਤਾਂ ਜਾ ਕੇ ਪੁੱਛਦੇ ਹਾਂ ਕਿ ਕਿੱਦਾਂ ਕਿੱਦਾਂ ਇਹ ਘਰ ਤੁਹਾਨੂੰ ਕਿਹੜਾ ਸੋਹਣਾ ਲੱਗਦਾ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਕੀ ਹਾਲ ਜੀ, ਠੀਕ ਠਾਕ ਹੋ? ਖੈਰ ਅੱਲਾ ਪਾਕ ਦੀ, ਸ਼ੁਕਰ ਅੱਲਾ ਦਾ। ਅੱਲਾ ਰੱਖਾ, ਤੈਨੂੰ ਯਾਦ ਆ ਕਿ ਅਸੀਂ ਤੇ ਕੋ ਬਾਰਿਸ਼ 'ਚ ਆਏ? ਹਾਂਜੀ, ਬਾਰਿਸ਼ 'ਚ ਆਏ ਸੀ। ਠੀਕ ਹੈ, ਝੜ ਸੀਗਾ? ਹਾਂਜੀ, ਝੜ।
ਔਰ ਅਸੀਂ ਉਹ ਮੰਜ਼ਰ ਵੇਖਿਆ ਸੀਗਾ ਕਿ ਜਿਹੜੇ ਤੇਰੇ ਬੱਚੇ ਆ ਉਹ ਇੱਕ ਰਕਸ਼ਾ ਸੀ ਜਿਹੜਾ ਟੁੱਟਾ ਆ ਹਾਂਜੀ ਉਹਦੇ ਤੇ ਝੌਂਪੜੀ ਬਣੀ ਸੀ ਹਾਂਜੀ ਝੌਂਪੜੀ ਬਣੀ ਸੀ ਔਰ ਇੱਥੇ ਕੋਈ ਚੀਜ਼ ਨਹੀਂ ਸੀ ਕੋਈ ਚੀਜ਼ ਨਹੀਂ ਸੀ ਕਿਆ ਤੈਨੂੰ ਪਹਿਲੇ ਤੋਕੋ ਹੈ ਸੀ ਕਿ ਸਾਡਾ ਮਕਾਨ ਬਣ ਜਾਏਗਾ ਨਹੀਂ ਜੀ ਨਹੀਂ ਅੱਲਾ ਪਾਕ ਨੇ ਭੇਜਿਆ ਜੀ ਤੁਹਾਨੂੰ ਅੱਲਾ ਪਾਕ ਨੇ ਅਸੀਂ ਤਾਂ ਜਾਣਦੇ ਵੀ ਤੈਨੂੰ ਨਹੀਂ ਜੀ ਠੀਕ ਹੈ ਰੱਬ ਨੇ ਭੇਜਿਆ ਅੱਲਾ ਪਾਕ ਇਹ ਅੱਲਾ ਪਾਕ ਨੇ ਫਿਰ ਦੱਸਿਆ ਕਮਰਾ ਬਣਾਇਆ ਹਾਂਜੀ ਦੂਸਰਾ ਕਮਰਾ ਬਣਿਆ ਹਾਂਜੀ ਅੱਗੇ ਆਪਣਾ ਉਹਦੇ ਬੁਰਚੀਖਾਨਾ ਬਣਿਆ ਹਾਂਜੀ ਅੱਗੇ ਫੁੱਲ ਵੀ ਲੱਗ ਗਏ ਅੱਗੇ ਲਾਂਡਰੀ ਦਾ ਸਿਸਟਮ ਵੀ ਬਣ ਗਿਆ ਅੱਗੇ ਬੁਰਚੀਖਾਨਾ ਵੀ ਗੁਸਲਖਾਨਾ ਵੀ ਬਣ ਗਿਆ ਪਾਣੀ ਦਾ ਬੰਦੋਬਸਤ ਵੀ ਹੋ ਗਿਆ ਗੇਟ ਵੀ ਲੱਗ ਗਿਆ ਕਿ ਤੂੰ ਆਪਣੇ ਜਾਨਵਰ ਵਗੈਰਾ ਅੰਦਰ ਲੈ ਸਕਦਾ ਹਾਂਜੀ 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 ਜਿੱਦਾਂ ਤੇਰੀ ਪਹਿਲੀ ਇਹ ਮਕਾਨ ਸੀ ਹੈਗਾ ਉਹ ਤੇਰੀ ਪਹਿਲੀ ਜ਼ਿੰਦਗੀ ਸੀ ਅਜਾੜ ਦੇ ਵਿੱਚ ਖੇਤਾਂ 'ਚ ਹਾਂਜੀ ਉਹ ਕਿੱਦਾਂ ਗੁਜ਼ਰਦੀ ਸੀ ਉਹ ਬਸ ਮੁਸ਼ਕਲ ਨਾਲ ਹੀ ਗੁਜ਼ਰਦੀ ਸੀ ਹਾਂਜੀ ਜਾਗ ਜੁਗ ਕੇ ਬਹਿ ਕੇ ਤੇ ਆਪਣਾ ਰਾਤ ਨੂੰ ਬੱਚਿਆਂ ਨੇ ਕਦੀ ਜਾਗ ਜਾਣਾ ਕਦੀ ਮੈਂ ਜਾਗ ਜਾਣਾ ਤੇ ਵੇਖਦੇ ਰਹਿਣਾ ਵੀ ਹੁਣ ਬਾਰਿਸ਼ ਆ ਗਈ ਆ ਬਾਰਿਸ਼ ਜੇ ਫੈਸਲਾ ਬਾਅਦ ਹੋਣੀ ਆ ਤੇ ਅਸੀਂ ਪਹਿਲਾਂ ਹੀ ਬੱਚਿਆਂ ਨੂੰ ਕਲੋਜ਼ ਕਰਨ ਲੱਗਣਾ ਵੀ ਇੱਕ ਮੰਜੀ ਦੇ ਕਰਕੇ ਛਾਪਰ ਛੁਪਰ ਦੇ ਲੈਣਾ ਵਾ ਤੇ ਬਿਠਾ ਲੈਣਾ ਵਾ ਅਸੀਂ ਬਹਿ ਜਾਣਾ ਵਾ ਤੇ ਬੱਚੇ ਲਕੋ ਲੈਣੇ ਆ ਤੇ ਵਿੱਚ ਉਹਨਾਂ ਨੂੰ ਉੱਤੇ ਕੋਈ ਕੱਪੜਾ ਕੁਪੜਾ ਦੇ ਲੈਣਾ ਵਾ ਉਹ ਭੇਜ ਗਿਆ ਤੇ ਉਹ ਲਾ ਦੇਣਾ ਵਾ ਦੂਸਰਾ ਇੱਕ ਹੋਰ ਦੇ ਲੈਣਾ ਵਾ ਤੇ ਬੱਚੇ ਪਾ ਲੈਣੇ ਆ ਤੇ ਆਪ ਅਸੀਂ ਬੈਠੇ ਰਹਿਣਾ ਦੋਵਾਂ ਨੇ ਨੁੱਕਰਾਂ 'ਚ ਵੀ ਬੱਚਿਆਂ ਨੂੰ ਲਕੋ ਲਈਏ ਕਿਉਂਕਿ ਬੱਚੇ ਭੇਜਣਾ ਜਾਣ ਜਾਂ ਬੱਚਿਆਂ ਨੂੰ ਵਿਚਾਰਿਆਂ ਨੂੰ ਕੁਛ ਹੋਵੇ ਨਾ ਤੇ ਅਸੀਂ ਬੈਠ ਰਹਿਣਾ ਦੋਵਾਂ ਜੀਆਂ ਨੇ ਤੇ ਕੋਈ ਜ਼ਰੀਆ ਨਹੀਂ ਸੀ ਕੋਈ ਨਹੀਂ ਸੀ ਅੱਲਾ ਪਾਕ ਤੇ ਉਦੋਂ ਕੋਈ ਭੈਣ ਭਰਾ ਰਿਸ਼ਤੇਦਾਰ ਆਂਢੀ ਗੁਆਂਢੀ ਕੋਈ ਨਹੀਂ ਸੀ ਕੰਮ ਆਇਆ ਕੋਈ ਨਹੀਂ ਕੰਮ ਆਇਆ ਕਿਸੇ ਪੁੱਛਿਆ ਵੀ ਨਹੀਂ ਨਾ ਕਿਸੇ ਜਦੋਂ ਮਾਸ਼ਾ ਜੀ ਪੁੱਛਦਾ ਕੋਈ ਨਹੀਂ ਸੀਗਾ ਹਾਂਜੀ ਉਦੋਂ ਕੀ ਤੁਹਾਡੇ ਖਿਆਲ ਹੁੰਦਾ ਸੀ ਉਦੋਂ ਬਸ ਅੱਲਾ ਦੇ ਖਿਆਲ ਆਉਂਦਾ ਸੀ ਵੀ ਅੱਲਾ ਪਾਕ ਤੂੰ ਹੀ ਆ ਗੱਲ ਇਹ ਆ ਕਿ ਇਹ ਸਭ ਕੁਝ ਅੱਲਾ ਦੀ ਤਰਫੋਂ ਅੱਲਾ ਦੀ ਤਰਫ ਸਾਡਾ ਕੋਈ ਅਸਾਨ ਨਹੀਂ ਅੱਲਾ ਪਾਕ ਦਾ ਅੱਲਾ ਪਾਕ ਨੇ ਇਹਨਾਂ ਬੱਚਿਆਂ ਵਾਸਤੇ ਵਸੀਲਾ ਪੈਦਾ ਕਰਨਾ ਸੀਗਾ ਅਸੀਂ ਉਦੋਂ ਵੇਖਦੇ ਸਾਂ ਕਿ ਬੱਚੇ ਕਿਵੇਂ ਰੁਲਦੇ ਪਏ ਨੇ ਕਿਵੇਂ ਤਰਸਦੇ ਪਏ ਨੇ ਆਹ ਹੁੰਦਾ ਹੁੰਦਾ ਸੀ ਨਵਾਂ ਸਾਹਿਬ ਦੇਖਿਆ ਸੀ ਕਿ ਬੱਚੇ ਜਦੋਂ ਮੈਂ ਪਹਿਲੀ ਦਫਾ ਆਣ ਕੇ ਦੇਖਿਆ ਤਾਂ ਕਿੰਨੇ ਆਪਣਾ ਰਫ ਹਾਲਤ 'ਚ ਤੇ ਕਿੰਨੀ ਬੁਰੀ ਹਾਲਤ 'ਚ ਸੀ ਤੇ ਮਾਸ਼ਾਅੱਲਾ ਮਾਸ਼ਾਅੱਲਾ ਹੁਣ ਦੇਖੋ ਕਿ ਹਾਂਜੀ ਗੁੜੀਆ ਕੈਸਾ ਭਾਈ ਜੀ ਕੈਸਾ ਘਰ ਕੈਸਾ ਲਗਾ ਇਧਰ ਕਾ ਹੈ ਗੁੜੀਆ ਫੋਪੋ ਨਾ ਹੈ ਬਹੁਤ ਅੱਛਾ ਹੈ ਪਸੰਦ ਆਇਆ ਇਧਰ ਆ ਤੂੰ ਬੜਾ ਤਰਾ ਗਏ ਇਧਰ ਅੱਗੇ ਤੇ ਇਹਨਾਂ ਦਾ ਗੱਲ ਕਰੀਏ ਇਧਰ ਇਧਰ ਇਹ ਬੱਚਾ ਹਾਂਜੀ ਅਸੀਂ ਆਏ ਆ ਤਾਂ ਪਤਾ ਲੱਗਾ ਕਿ ਵਾਢੀ ਕਰਨ ਗਿਆ ਹਾਂਜੀ ਮੈਂ ਪਿੰਡਾਂ ਦੇ ਵਿੱਚ ਤਾਰਾ ਜੀ ਜਿਹੜੇ ਲੋਕ ਨੇ ਨਾ ਇੱਕ ਪੂਰੇ ਸਾਲ ਵਾਸਤੇ ਮਿਹਨਤ ਕਰਦੇ ਨੇ ਸ਼ਦੀਦ ਗਰਮੀ 'ਚ ਜ਼ਿਮੀਦਾਰ ਜਿਹੜਾ ਵਾ ਚੌਧਰੀ ਜਿਹੜਾ ਉਹ ਗੱਡੀ 'ਚ ਬੈਠਾ ਹੁੰਦਾ ਔਰ ਜਿਹੜੇ ਕਰਿੰਦੇ ਹੁੰਦੇ ਨੇ ਜਿਹਨੂੰ ਅਸੀਂ ਕਹਿੰਦੇ ਹਾਂ ਆਪਾਂ ਮਜ਼ਦੂਰ ਨੇ ਅਤੇ ਇਹ ਕਣਕਾਂ ਵੱਢਦੇ ਸਾਰਾ ਕੰਮ ਕਰਦੇ ਨੇ ਅਤੇ ਇਹ ਬੱਚਾ ਤਾਂ ਗਿਆ ਵਾ ਕਿ ਸਾਰੇ ਸਾਲ ਦੀ ਕਣਕ ਇਕੱਠੀ ਕਰਨ ਵਾਸਤੇ ਖੁਦਾ ਨਾ ਕਰੇ ਇੱਕ ਦਫਾ ਉਹ ਵਾਇਰਸ ਆ ਗਿਆ ਤੇ ਪੂਰੇ ਘਰ ਨੂੰ ਪੇਟੀ ਲੈ ਲੈਂਦਾ ਲੇਕਿਨ ਇਲਮ ਯਕੀਨ ਇਹ ਇੱਕ ਹੀ ਅਹਤਿਆਤ ਜਿਹੜੀ ਹੈ ਨਾ ਅਹਤਿਆਤ ਕਰੋ ਹਰ ਚੀਜ਼ ਅਹਤਿਆਤ ਕਰਨੀ ਆ ਔਰ ਮਾਸ਼ਾ ਜੇ ਤੁਸੀਂ ਦੱਸਣਾ ਵਾ ਕਿ ਸਾਨੂੰ ਖੁਦਾ ਨੇ ਅਗਰ ਘਰ ਦਿੱਤਾ ਵਾ ਤੇ ਸਾਨੂੰ ਅੱਲਾ ਪਾਕ ਨੇ ਸ਼ੋਰ ਵੀ ਦਿੱਤਾ ਅੱਲਾ ਪਾਕ ਤੁਹਾਨੂੰ ਨਸੀਬ ਚ ਕਰੇ ਇਹ ਘਰ
और इस घर के अल्लाह पाक इन्नी क बरकत आंद दे कि तुहाडी सारी मुताजी जिहड़ी है ना वह खत्म हो जाए। ए बच्चों के कपड़े आ, ए महीने का राशन आ गया वा, तो मजीद असी मतलब कि इन बच्चों वास्ते आते रहेंगे इन्हों की पढ़ाई वालों स्टडी वालों इन्हों वालों ना मैं फॉलो करती रहना वा, क्योंकि मैं एक ना मिशन ले लिया वा अल्लाह पाक अगर वादा कर लिया कि मैं उन्हें बच्चों पढ़ाना वा जिन्हों को वसाइल नहीं है इंशाल्लाह। तो इन्होंने बच्चों जरूर पढ़ाना जे बेटा, जरूर पढ़ना वा पार्ट टाइम, बेशक तू जॉब कर ला लेकिन फर्स्ट टाइम जरा ना तू स्टडी करनी है मेरे बेटे ने। है वादा है ना, वादा है ना? हाँ रोजाना उठ के नहाते हो? डेली पुत्र नहाना, डेली साबन इस्तेमाल करना, रब ने तुम वसाइल दिते ने, हुण अपन नहाओ तो पढ़ो समझ ना अपने माँ बाप की इज्जत करो, इन जिंदगी बदल दो, ठीक है? तो खुश है तू जी? मेरी भैन उदो भी नहीं सी बोली तो हूँ मैं चाहनी हाँ कि मेरी भैन कुछ बोले कि की महसूस कर रही है मेरी भैन। हाँ बहुत अच्छा ना कि जान के मैं खुशी हुई है भी अगे बार बंदे फिरदे सीगे इसरे बैठे ना अपनी शर्म शाल दे मार फिर और की करना कहंदे अगे बंदे बाहर फिरदे हुंदे सन ते असी बाहर बैठे हुंदे सन बड़ी शर्म सारी आउंदी सी ते हुण बहुत जान के ना खुशी हुई है भी हर शे बन गई है मेरी भी लोकां दी मैं के गल्लां बहुत सुन हां हां ते हुण अपना शुक्र अल्लाह दा जिन्ना दी वजह तों ताडा ए अपना इज्जत वाला मकान मकान तां मिल गया है उन्हां वालों उन्हां दी दुआ जरूर करना। हां जी सारी दुनिया भैन भरा ही है एक दूजे अगर बन जानते। आखिरी मैसेज देना चाहना कि जिस तरह रब ने सानू साढ़े को इन्हें वसायल नहीं है लेकिन रब ने मैनू तो तारा इस मिशन से कढ़िया कि बाहर निकलो और तुम कोशिश करो तो वसायल अल्लाह पाक ने वादा फरमाया कि मैं मैं और एक मकान नहीं बने, दो नहीं बने, तीन नहीं बने, बंदे गए और गाँव ही बनते पे ने उन्होंने लोगों वास्ते जिन्होंने अभी जानते भी नहीं ना तो बरादरी ना सा कोई तलक कोई किसी की सिफारिश नहीं सिर्फ मेरे रब ने सूचा मकान बन गया सानू रब जिते लैके जाता अभी अल्लाह पाक के ड्यूटी देने की कोशिश करते मैं कहना वा कि जिस तरह असं इस धुप चेहरे नजर आते हो शदीद धुप पैन की गर्मी शुरू हो गई है असं बाहर निकले हाँ लाकडाउन खत्म होया तो अभी बाहर निकले हाँ मैं उन्होंने लोगों जो लाकडाउन के अपने घर अपने घर बैठने के मजबूर ने उन्होंने एक मैसेज देना चाहना कि जिंदगी का देखो कोई वसा नहीं गा इतने तुम परेशान हो कि जिंदगी का वसा ही कोई नहीं कि किनू कोरोना वायरस ने ले जाना इस तो पहले कि यह जी सूरत हाल पैदा हुई है क्यों ना असं अपनी जिंदगी का बाकी वक्त आ वो अल्लाह की मखलूक असें वक्फ कर दीए क्यों ना यहाँ वक्त रब ने दिता वा ये अपने अपना असं एहतसाब करिए कि साढ़े को कड़ी कड़ी गलती हुई है अल्लाह को तौबा करिए और सब तो बेहतरीन रब राजी करने का तरीका यह कि बाहर निकलो वो लोग जिन्हें मकान की छत है नहीं किसी छत बना दो किसी वाशरूम बना दो किसी बच्चे पढ़ा दो किसी वास्ते गेट लवा दो किसी दरवाजा लवा दो किसी छोटा छोटा कारोबार करा दो मैं अपने भैन भरावान जो बरूने मुल्क ने जो सा ग्रुप शामिल ने मैं उन्होंने सलाम पेश करता वा कि उन्होंने इस ग्रुप में पाकिस्तान के इंतहाई बुलंदियों लै गए हैं बेशुमार अज दो असी मैडिकल बूथ से अपना दो आरओ प्लांट वो असं एग्रीमेंट करके आए मेमोरेंडम ऑफ अंडरस्टैंडिंग का गवर्नमेंट के नाल वो भी बनते बनने शुरू हो गए हैं बड़े बड़े प्रोजेक्ट सामने आने लेकिन असी पहले बाहर तो निकलो ये मत सोचो कि मेरे को वसायल थोड़े आ या मैं मेरे को इन्ने पैसे हो तो मैं फिर बाहर निकला पहले एक आदमी टच करो एक आदमी जिंदगी चेंज करो जो तुम एक जिंदगी चेंज करोगे तो आस्ता आस्ता खुदा देखो कि बरकत देता और तुम बेशुमार लोगों की जिंदगी बदलने वाले बन जाओगे और पाकिस्तान की गरीबी खत्म हो जाएगी गुरबत खत्म हो जाएगी इंशाल्लाह गुरबत जी गुरबत खत्म हो जाएगी को इजाजत चाहते हैं समझना सब वास्ते दुआ करो कि अल्लाह पाक सब ते रहम फरमाए जिन्हें वास्ते रहो अल्लाह हाफिज़।